ਕੈਬ ਤੇ ਸਫ਼ਰ ਕਰਨ ਵਾਲੇ ਅਤੇ ਕੈਬ ਚਲਾਉਣ ਵਾਲਿਆਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਓਲਾ ਊਬਰ ਬੰਦ ਹੋ ਸਕਦੀਆਂ ਨੇ ਜੀ ਹਾਂ ਓਲਾ ਊਬਰ ਬੰਦ ਹੋ ਸਕਦੀਆਂ ਨੇ ਕਰੀਬ 4000 ਕੈਬ ਦਾ ਚੱਕਾ ਜਾਮ ਹੋ ਸਕਦਾ ਹੈ ਚੰਡੀਗੜ੍ਹ ਮੋਹਾਲੀ ਤੇ ਪੰਚਕੂਲਾ ਦੇ ਵਿੱਚ ਓਲਾ ਤੇ ਊਬਰ ਤੇ ਲੱਗ ਸਕਦਾ ਹੈ ਬੈਨ ਚੰਡੀਗੜ੍ਹ ਟ੍ਰਾਂਸਪੋਰਟ ਅਥਾਰਟੀ ਦੇ ਵੱਲੋਂ ਅੱਜ ਵੱਡਾ ਫੈਸਲਾ ਲਿਆ ਜਾਣਾ ਹੈ ਦੱਸਦੀ ਹੈ ਕਿ ਇੱਕ ਫੈਸਲੇ ਦੇ ਨਾਲ ਕਰੀਬ 4000 ਕੈਬ ਦੇ ਚੱਕੇ ਜਾਮ ਹੋ ਸਕਦੇ ਨੇ ਜ਼ਿਆਦਾਤਰ ਮੋਹਾਲੀ ਤੇ ਪੰਚਕੂਲਾ ਦੇ ਵਿੱਚ ਰਜਿਸਟਰ ਨੇ ਕੈਬਸ ਦੱਸਦੀ ਹੈ ਕਿ ਦੋਵੇਂ ਕੰਪਨੀਆਂ ਦੇ ਲਾਇਸੈਂਸ 4 ਨਵੰਬਰ ਨੂੰ ਖਤਮ ਹੋ ਚੁੱਕੇ ਨੇ ਤਾਂ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵੱਲੋਂ ਨੋਟਿਸ ਭੇਜਿਆ ਗਿਆ ਸੀ ਪਰ ਓਲਾ ਤੇ ਉਬਰ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਤੇ ਟ੍ਰਾਂਸਪੋਰਟ ਡਿਪਾਰਟਮੈਂਟ ਨੇ ਓਲਾ ਤੇ ਉਬਰ ਨੂੰ ਜਾਰੀ ਨੋਟਿਸ ਕਰ ਦਿੱਤਾ ਹੈ ਦੱਸਦੀ ਹੈ ਕਿ ਦੋਵੇਂ ਕੈਮਪ ਕੰਪਨੀਆਂ ਨੂੰ ਤੁਰੰਤ ਕੰਮ ਰੋਕਣ ਦੇ ਆਦੇਸ਼ ਦਿੱਤੇ ਗਏ ਨੇ ਜਿੰਨੀਆਂ ਹੀ ਕੈਬਸ ਓਲਾ ਤੇ ਉਬਰ ਤੇ ਲੱਗੀਆਂ ਨੇ ਉਹ ਸਾਰੀਆਂ ਬੰਦ ਹੋ ਜਾਣਗੀਆਂ ਟ੍ਰਾਈ ਸਿਟੀ ਦੇ ਅੰਦਰ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਵਿੱਚ ਓਲਾ, ਉਬਰ ਤੇ ਬੈਨ ਲੱਗ ਸਕਦਾ ਏ। ਐਂਟਰੀ ਟੈਕਸ ਦੱਸਦੀ ਏ ਕਿ ਓਲਾ ਉਬਰ ਕੰਪਨੀ ਦੇ ਵੱਲੋਂ ਐਂਟਰੀ ਟੈਕਸ ਨਹੀਂ ਭਰਿਆ ਗਿਆ। ਇਹ ਐਂਟਰੀ ਟੈਕਸ 6 ਕਰੋੜ ਰੁਪਏ ਹੈ ਜਿਹੜਾ ਕਿ ਬਕਾਇਆ ਏ ਤੇ ਕੰਪਨੀਆਂ ਦਾ ਇਹ ਕਹਿਣਾ ਹੈ ਕਿ ਕੈਬ ਡਰਾਈਵਰ ਇਹ ਐਂਟਰੀ ਟੈਕਸ ਪੇ ਕਰਨਗੇ। ਜਿਸ ਕਰਕੇ ਉਹਨਾਂ ਨੇ ਇਹ ਐਂਟਰੀ ਟੈਕਸ ਰੋਕ ਰੱਖਿਆ ਤੇ ਹੁਣ ਟਰਾਂਸਪੋਰਟ ਡਿਪਾਰਟਮੈਂਟ ਦੇ ਵੱਲੋਂ ਵੱਡਾ ਫੈਸਲਾ ਲਿਆ ਜਾਣਾ ਹੈ ਤੇ 4000 ਕੈਬਸ ਤੇ ਰੋਕ ਲੱਗ ਸਕਦੀ ਹੈ ਤਾਂ ਕੈਬ ਡਰਾਈਵਰ ਦਾ ਕਹਿਣਾ ਹੈ ਕਿ ਐਸਟੀਏ ਦੇ ਨਾਲ ਐਗਰੀਗੇਟਰ ਕੰਪਨੀਆਂ ਦਾ ਸਮਝੌਤਾ ਹੋਇਆ ਹੈ ਇਸ ਲਈ ਟੈਕਸ ਦਾ ਪੈਸਾ ਵੀ ਕੰਪਨੀਆਂ ਨੂੰ ਹੀ ਚੁਕਾਉਣਾ ਚਾਹੀਦਾ ਹੈ ਦੱਸਦੀ ਹੈ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਰਜਿਸਟਰ ਟੈਕਸੀਆਂ ਨੂੰ ਚੰਡੀਗੜ੍ਹ 'ਚ ਐਂਟਰੀ ਕਰਨ ਦੇ ਲਈ ਐਂਟਰੀ ਟੈਕਸ ਦਾ ਭੁਗਤਾਨ ਕਰਨਾ ਹੁੰਦਾ ਹੈ ਪਰ ਐਗਰੀਗੇਟਰ ਕੰਪਨੀਆਂ ਨੇ ਹੁਣ ਤੱਕ ਜਮ੍ਹਾਂ ਨਹੀਂ ਕਰਵਾਇਆ ਯਾਨੀ ਕਿ Uber Ola ਦੇ ਵੱਲੋਂ ਇਹ ਟੈਕਸ ਜਮ੍ਹਾਂ ਨਹੀਂ ਕਰਾਇਆ ਗਿਆ ਜਿਸ ਦੇ ਕਰਕੇ ਟ੍ਰਾਂਸਪੋਰਟ ਅਥਾਰਟੀ ਦੇ ਵੱਲੋਂ ਲਾਇਸੈਂਸ ਜਾਰੀ ਨਹੀਂ ਕੀਤਾ ਜਾ ਰਿਹਾ ਤੇ 4000 ਕੈਬਸ ਬੈਨ ਹੋ ਸਕਦੀਆਂ ਨੇ ਟ੍ਰਾਈ ਸਿਟੀ ਦੇ ਵਿੱਚ ਤਾਂ ਵੱਡੀ ਖਬਰ ਹੈ ਚੰਡੀਗੜ੍ਹ ਟ੍ਰਾਈ ਸਿਟੀ ਦੇ ਵਿੱਚ ਕੈਬ ਤੇ ਸਫ਼ਰ ਕਰਨ ਵਾਲਿਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੇ ਕੈਬ ਚਲਾਉਣ ਵਾਲਿਆਂ ਲਈ ਇੱਕ ਬੇਹੱਦ ਵੱਡੀ ਖਬਰ ਹੈ ਟ੍ਰਾਈ ਸਿਟੀ ਦੇ ਵਿੱਚ ਓਲਾ ਤੇ ਉਬਰ ਬੰਦ ਹੋ ਸਕਦੀਆਂ ਨੇ ਕਰੀਬ 4000 ਕੈਬ ਦਾ ਚੱਕਾ ਜਾਮ ਹੋ ਸਕਦਾ ਹੈ ਕਿਉਂਕਿ ਓਲਾ ਉਬਰ ਕੰਪਨੀ ਦੇ ਵੱਲੋਂ ਟ੍ਰਾਈ ਸਿਟੀ ਦੇ ਵਿੱਚ ਐਂਟਰੀ ਟੈਕਸ ਨਹੀਂ ਭਰਿਆ ਗਿਆ ਜੋ ਕਿ ਤਕਰੀਬਨ 6 ਕਰੋੜ ਰੁਪਏ ਹੈ ਤਾਂ ਕੰਪਨੀਆਂ ਦਾ ਕਹਿਣਾ ਹੈ ਕਿ ਟੈਕਸੀ ਦੇ ਡਰਾਈਵਰ ਇਹ ਟੈਕਸ ਅਦਾ ਕਰਨ ਪਰ ਜਿਹੜੇ ਟੈਕਸੀ ਦੇ ਡਰਾਈਵਰ ਨੇ ਉਹ ਕਹਿੰਦੇ ਨੇ ਕਿ ਕੰਪਨੀਆਂ ਅਦਾ ਕਰਨ ਕਿਉਂਕਿ ਇਹ ਕੰਪਨੀਆਂ ਦਾ ਬਣਦਾ ਹੈ ਤਾਂ ਇਸੇ ਬਹਿਸ ਦੇ ਦੌਰਾਨ ਕੈਬ ਡਰਾਈਵਰ ਅਤੇ ਕੰਪਨੀਆਂ ਦੇ ਵਿੱਚ ਵਿਵਾਦ ਚੱਲ ਰਿਹਾ ਹੈ ਜਿਸ ਦੇ ਚੱਲਦੇ ਹੁਣ ਟਰਾਂਸਪੋਰਟ ਡਿਪਾਰਟਮੈਂਟ ਦੇ ਵੱਲੋਂ ਓਲਾ ਉਬਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ 6 ਕਰੋੜ ਰੁਪਏ ਜਲਦ ਤੋਂ ਜਲਦ ਭਰਨ ਨਹੀਂ ਤਾਂ 4000 ਕੈਬਸ ਬੰਦ ਹੋ ਸਕਦੀਆਂ ਨੇ